ਦਫਤਰ ਇਸ ਵੇਲੇ ਸਭਾ ਖਾਲੀ ਹੈ ਕਿਉਂਕਿ ਸਾਰੇ ਲੋਕ ਘਰ ਬੈਠੇ ਮੈਚ ਦੇਖ ਰਹੇ ਨੇ ਅਸੀਂ ਆਪਣੀ ਡਿਊਟੀ ਦੇ ਪੱਕੇ ਆ ਤੇ ਤੁਹਾਡੇ ਨਾਲ ਜੁੜੇ ਹੋਏ ਆ ਮੇਰੇ ਨਾਲ ਜਸਪਾਲ ਸਾਡੇ ਰੈਜ਼ੀਡੈਂਟ ক্রিকেট ਐਕਸਪਰਟ ਦਿੱਲੀ ਤੋਂ ਬੈਠ ਕੇ ਇੰਗਲੈਂਡ ਦੇ ਸਾਰੇ ਵਰਲਡ ਕੱਪ ਦਾ ਐਨਾਲਿਸਿਸ ਕਰਦੇ ਰਹਿੰਦੇ ਨੇ ਅੱਜ ਇੰਡੀਆ ਦਾ ਮੈਚ ਹੈ ਅਫਗਾਨਿਸਤਾਨ ਨਾਲ ਤੁਹਾਨੂੰ ਇਹ ਲੱਗ ਸਕਦਾ ਵੀ ਜਿਹੜਾ ਇਹ ਮੈਚ ਹੈ ਇਹ ਤਾਂ ਵਨ ਸਾਈਡਿਡ ਹੋਏਗਾ ਪਰ ਅਫਗਾਨਿਸਤਾਨ ਟੀਮ ਦੀ ਕੀ ਖਾਸੀਅਤ ਹੈ ਕਿਉਂ ਇਹ ਮੈਚ ਹੋਰ ਕਾਰਨਾ ਕਰਕੇ ਵੀ ਖਾਸ ਹੈ ਇਸ ਬਾਰੇ ਹੀ ਜਸਪਾਲ ਨਾਲ ਗੱਲ ਕਰਾਂਗੇ ਸਪਾਲ ਤੁਸੀਂ ਬੜੇ ਇੰਟਰਸਟਿੰਗ ਤੱਥ ਮੈਨੂੰ ਦੱਸ ਰਹੇ ਸੀ ਪਹਿਲਾਂ ਤਾਂ ਦੱਸੋ ਵੀ ਇਹ ਅਫਗਾਨਿਸਤਾਨ ਦੇ ਲਈ ਮੈਚ ਖਾਸ ਕਿਉਂ ਹੈ ਜੀ ਮੈਂ ਪੂਰੇ ਪਰਚੇ ਉਰਚੇ ਲੈ ਕੇ ਆਇਆ ਆ ਦੇਖੋ ਜੀ ਕਿ ਮੈਂ ਪੂਰੀ ਤਿਆਰੀ ਕਰਕੇ ਆਇਆ ਆ ਸਵਿਰਤੋ ਲੱਗਿਆ ਆ ਕਿ ਆਖਿਰ ਅਫਗਾਨਿਸਤਾਨ ਦਾ ਜੀਡੀ ਇਹ ਟੀਮ ਜਿਹੜੀ ਅਫਗਾਨਿਸਤਾਨ ਦੀ ਟੀਮ ਹੈ ਕਿਉਂ ਖਾਸ ਹੈ ਖਾਸ ਇਸ ਲਈ ਹੈ ਕਿ ਜਿਸ ਤਰੀਕੇ ਦੇ ਹਾਲਾਤ ਅਫਗਾਨਿਸਤਾਨ ਵਿੱਚ ਰਹੇ ਨੇ ਉਸ ਤੋਂ ਬਾਅਦ ਕ੍ਰਿਕਟ ਨੇ ਜਾਨ ਬਖਸ਼ੀ ਉਹਨਾਂ ਦੇ ਵਿੱਚ ਇੱਕ ਤਨਾ ਦਾ ਇੱਕ ਜਨੂਨ ਅਸੀਂ ਅਫਗਾਨਿਸਤਾਨੀ ਟੀਮ ਵਿੱਚ ਦੇਖ ਸਕਦੇ ਹਾਂ ਆਰਿਸ਼ ਇਸੇ ਤਰ੍ਹਾਂ ਦਾ ਜਨੂਨ ਆ ਇੱਕ ਵਾਰੀ ਵੈਸਟ ਇੰਡੀਜ਼ ਦੀ ਟੀਮ ਵਿੱਚ ਵੀ ਸੀ ਜਦੋਂ ਉਹ ਇੰਪਰੀਅਲਿਜ਼ਮ ਦੇ ਦੌਰ ਤੋਂ ਜਾਂ ਦੌਰ ਤੋਂ ਦੋਸ ਦੌਰ ਤੋਂ ਬਾਹਰ ਆਏ ਸਨ ਤਾਂ ਉਸ ਵੇਲੇ ਇੱਕ ਖਾਸ ਗੱਲ ਹੋਈ ਸੀ ਉਸ ਵੇਲੇ ਉਹਨਾਂ ਨੇ ਕ੍ਰਿਕਟ ਨੂੰ ਹੀ ਲਿਆ ਸੀ ਤਾਂ ਕਿ ਆਪਣੇ ਆਪ ਨੂੰ ਮਜ਼ਬੂਤ ਦਿਖਾ ਸਕੀਏ ਸਾਰੇ ਸਾਰੇ ਜਿਹੜੀ ਕੈਰੀਬੀਅਨ ਟੀਮਸ ਨੇ ਇਕੱਠੇ ਹੋ ਕੇ ਉਹਨਾਂ ਨੇ ਵੈਸਟ ਇੰਡੀਜ਼ ਬਣਾ ਕੇ ਇੱਕ ਵੱਡੀ ਚੁਣੌਤੀ ਕ੍ਰਿਕਟ ਵਿੱਚ ਪੇਸ਼ ਕੀਤੀ ਸੀ 70s ਦੇ ਦੌਰ ਚ ਪਹਿਲੇ ਦੋਨੋਂ ਵਰਲਡ ਕੱਪ ਵੈਸਟ ਇੰਡੀਜ਼ ਜਿੱਤੀ ਸੀ ਵੈਸਟ ਇੰਡੀਜ਼ ਬੜੀ ਜ਼ਬਰਦਸਤ ਟੀਮ ਸੀ ਇਸ ਵਾਰੀ ਵੀ ਵੈਸੇ ਠੀਕ ਠਾਕ ਟੀਮ ਹੈ ਤੇ ਅਫਗਾਨਿਸਤਾਨ ਦੀ ਟੀਮ ਲਈ ਮੇਰੇ ਖਿਆਲ ਇਹ ਕਿੰਨਾ ਮੈਚ ਹੈ ਕੀ ਖਾਸ ਹੈ ਇਹਦੇ ਵਿੱਚ ਤੁਸੀਂ ਮੈਨੂੰ ਕੁਝ ਹੋਰ ਵੀ ਬੜਾ ਇੰਟਰਸਟਿੰਗ ਦੱਸ ਰਹੇ ਸੀ ਲੋਕਾਂ ਨੂੰ ਵੀ ਦੱਸੋ ਨਾ ਦੇਖੋ ਪਹਿਲੀ ਤਾਂ ਗੱਲ ਇਹ ਦੱਸ ਦਈਏ ਕਿ ਅਗਰ ਭਾਰਤ ਇਸ ਮੈਚ ਵਿੱਚ ਜਿੱਤ ਜਾਂਦਾ ਹੈ ਤਾਂ ਉਹ ਉਹਦੀ ਪੰਜਾਬੀ ਜਿੱਤ ਹੋਏਗੀ ਵਿਸ਼ਵ ਕੱਪ ਵਿੱਚ ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਜਿਹੜੀ ਟੀਮ ਹੈ ਉਹ ਆਪਣੇ ਪੰਜੋ ਮੈਚ ਹਾਰ ਚੁੱਕੀ ਹੈ ਪਰ ਇਸ ਮੈਚ ਵਿੱਚ ਉਹ ਪੂਰੀ ਕੋਸ਼ਿਸ਼ ਕਰੇਗੀ ਕਿਸੇ ਤਰ੍ਹਾਂ ਦੀ ਕੋਈ ਛਾਪ ਇਸ ਵਰਲਡ ਕਪ ਵਿੱਚ ਪੇਸ਼ ਕਰ ਸਕੇ ਅਫਗਾਨਿਸਤਾਨ ਦੀ ਜਿਹੜੀ ਖਾਸੀਅਤ ਹੈ ਉਹ ਹੈ ਸਪਿਨਰਸ ਅਫਗਾਨਿਸਤਾਨ ਦੀ ਟੀਮ ਦੇ ਇੱਕ ਬੜੇ ਜ਼ਬਰਦਸਤ ਪਲੇਅਰ ਨੇ ਰਾਸ਼ਿਦ ਖਾਨ ਉਹਨਾਂ ਨੇ ਕੋਈ ਸੈਂਚਰੀ ਬਣਾਈ ਹੈ ਮੈਂ ਸੁਣਿਆ ਹੈ ਕਿ ਰਾਸ਼ਿਦ ਖਾਨ ਦੀ ਕੋਈ ਸੈਂਚਰੀ ਹੋਈ ਹੈ ਪਿਛਲੇ ਮੈਚ ਦੇਖੋ ਵੈਸੇ ਤਾਂ ਉਹਨਾਂ ਨੇ ਪਿਛਲੇ ਮੈਚ ਹੁਣਾਦਾ ਇੱਕ ਉਸ ਮੈਚ ਨੂੰ ਜਲਦੀ ਭੁੱਲ ਜਾਣਾ ਚਾਣਗੇ ਕਿਉਂਕਿ ਉਸ ਮੈਚ ਵਿੱਚ ਉਹਨਾਂ ਨੇ ਦੂਜੇ ਇਸ ਤਰ੍ਹਾਂ ਦੇ ਬੋਲਰ ਬਣ ਗਏ ਨੇ ODI ਵਿੱਚ ਜਿਨਾਂ ਨੇ 100 ਤੋਂ ਉੱਤੇ ਰਨ ਦਿੱਤੇ ਨੇ 110 ਰਨ ਦਿੱਤੇ ਨੇ ਤੇ ਸਪਿਨਰ ਪਹਿਲੇ ਬਣੇ ਨੇ ਤੇ ਇਸ ਤੇ ਇੱਕ ਆਈਸਲੈਂਡ ਕ੍ਰਿਕਟ ਬੋਰਡ ਵੱਲੋਂ ਇਸ ਤੇ ਚੁਟਕੀ ਵੀ ਲਈ ਗਈ ਕਿ ਤੁਸੀਂ 54 ਬੋਲਾਂ ਤੇ ਅਫਗਾਨਿਸਤਾਨ ਦੇ ਪਹਿਲੇ ਖਿਡਾਰੀ ਬਣ ਗਏ ਜਿਨਾਂ ਨੇ ਸੈਂਚਰੀ ਕਾ ਮਾਰ ਦਿੱਤੀ ਹੈ ਪਰ ਇਸ ਤੇ ਵੱਡੇ ਖਿਡਾਰੀਆਂ ਨੇ ਨੋਟਿਸ ਵੀ ਲਿਆ ਸਕਦੇ ਇਤਰਾਜ਼ ਦਰਜ ਕੀਤਾ ਜੌਰ ਫਾਰਚਰ ਨੇ ਕਿਹਾ ਕਿ ਇਹ ਬਿਲਕੁਲ ਗਲਤ ਗੱਲ ਹੈ ਐਸਟੂਅਟ ਬੋਰਡ ਨੇ ਵੀ ਦੀ ਨਿੰਦਾ ਕੀਤੀ ਅਭਿਸ਼ੇਨ ਸਿੰਘ 베ਦੀ ਉਹਨਾਂ ਨੇ ਵੀ ਨਿੰਦਾ ਕੀਤੀ ਤੇ ਉਸਤੇ ਪਾਕਿਸਤਾਨ ਤੋਂ ਇੱਕ ਬੰਦੇ ਨੇ ਬੜਾ ਸ਼ਾਨਦਾਰ ਅਭਿਸ਼ੇਨ ਸਿੰਘ 베ਦੀ ਨੂੰ ਕਿਹਾ ਕਿ ਅਸੀਂ ਤੁਹਾਨੂੰ ਖੇਡ ਜਾਣੇ ਦੇਖਿਆ ਪਰ ਟ੍ਰੀਟ ਕਰਦੇ ਜ਼ਰੂਰ ਦੇਖਿਆ ਸੀ ਤੁਸੀਂ ਇੱਕ ਵਧੀਆ ਟਵਿੱਟਰ ਦਾ ਟਵਿੱਟਰ ਦੇਖ ਕੇ ਵੱਡੀ ਸ਼ਖਸੀਅਤ ਹੋ ਤੇ ਇਸ ਦੇ ਨਾਲ ਹੀ ਪਰ ਰਾਸ਼ਿਦ ਖਾਨ ਇਸ ਵਾਰ ਉਸ ਨੂੰ ਭੁੱਲ ਕੇ ਅੱਗੇ ਵਧਣਾ ਚਾਹਣਗੇ ਵਧੀਆ 플레이ਰ ਨੇ ਬਹੁਤ ਹੀ ਵਧੀਆ ਆਪਣੇ ਸ਼ੁਰੂਆਤੀ ਕਰੀਅਰ ਵਿੱਚ ਨੇ ਕਰੀਅਰ ਦੀ ਸ਼ੁਰੂਆਤੀ ਸਟੇਜ ਵਿੱਚ ਨੇ ਸਿਰਫ 20 ਸਾਲ ਦੀ ਉਮਰ ਹੈ ਯਾਰ ਉਹਨਾਂ ਦੀ ਰਾਸ਼ਦ ਖਾਨ ਦੀ ਸਿਰਫ 20 ਸਾਲ ਦੀ ਉਮਰ ਹੈ ਉਹਨਾਂ ਦੀ ਜਿੰਨੀ ਪ੍ਰਸਿੱਧੀ ਹੈ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਸਿਰਫ 20 ਸਾਲ ਦੇ ਨੇ ਮਤਲਬ ਉਹ ਘੱਟੋ ਘੱਟ 15 ਸਾਲ ਤਾਂ ਹੋਰ ਖੇਡਣਗੇ ਜੇ ਠੀਕ ਠਾਕ ਸਭ ਕੁਝ ਰਿਹਾ ਦੇਖੋ ਜੀ ਇਹ ਤਾਂ ਹੁਣ 15 ਸਾਲ ਤਾਂ ਕਾਫੀ ਵੱਡਾ ਮਹਿਜੋਤਿਸ ਦਾ ਇਸ ਵਾਰ ਨਹੀਂ ਆ ਪਰ ਹਾਂ ਇੱਕ ਉਹ ਵੱਡਾ ਟੈਲੈਂਟ ਹੈ ਵੱਡਾ ਟੈਲੈਂਟ ਇਸ ਤਰ੍ਹਾਂ ਇੱਕ ਮੈਚ ਨਾਲ ਖਤਮ ਨਹੀਂ ਹੁੰਦਾ ਅਫਗਾਨਿਸਤਾਨ ਦੀ ਟੀਮ ਵਿੱਚ ਰਾਸ਼ਿਦ ਖਾਨ ਦੀ ਅਸੀਂ ਬਹੁਤ ਗਲ ਕਰ ਲਈ ਬਾਕੀ 10 ਖਿਡਾਰੀਆਂ ਚ ਕੋਈ ਖਾਸ ਖਿਡਾਰੀ ਹੋਣ ਕੋਈ ਕੰਟਰੋਵਰਸੀ ਵੀ ਹੋਈ ਸੀ ਜਿਸ ਬਾਰੇ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਇਹ ਬੈਟਸਮੈਨ ਕੌਣ ਹੈ ਉਹਨਾਂ ਕੋਲ ਪਹਿਲਾਂ ਤਾਂ ਇਹ ਦੱਸੋ ਨਾ ਅਗਰ ਅਸੀਂ ਬੈਟਿੰਗ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ ਕਪਤਾਨ ਨੇ ਗੁਲਬਦੀਨ ਨਾਇਬ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਅ ਅਸਗਰ ਅਫਗਾਨ ਨੇ ਰਹਿਮਤ ਸ਼ਾਹ ਇੱਕ ਉਹ ਅਫਗਾਨਿਸਤਾਨ ਦੀ ਟੈਸਟ ਟੀਮ ਦੇ ਕੈਪਟਨ ਵੀ ਨੇ ਇਸ ਗੱਲ ਇੱਕ ਹੋਰ ਹੈ ਕਿ ਤੁਹਾਨੂੰ ਪਤਾ ਇਹ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਨੂੰ ਪਤਾ ਵੀ ਹੋਏਗਾ ਕਿ ਅਫਗਾਨਿਸਤਾਨ ਦਾ ਟੈਸਟ ਦਾ ਕੈਪਟਨ ਅਲੱਗ ਹੈ T20 ਦਾ ਕੈਪਟਨ ਅਲੱਗ ਹੈ ਤੇ ਵਨ ਡੇ ਦਾ ਕੈਪਟਨ ਅਲੱਗ ਹੈ ਅੱਛਾ ਔਰ ਕੰਟਰੋਵਰਸੀ ਨਾਲ ਜੁੜੀ ਹੋਈ ਸੀ ਕਿ ਜਿਹੜੇ ਅ ਅਸਗਰ ਅ ਅਫਗਾਨਨ ਉਹ ਉਹਨਾਂ ਦੀ ਕਪਤਾਨੀ ਵਿੱਚ ਹੀ ਕੁਆਲੀਫਾਈ ਹੋਈ ਅਫਗਾਨਿਸਤਾਨ ਵਰਲਡ ਕੱਪ ਲਈ ਪਰ ਉਹਨਾਂ ਨੂੰ ਹਟਾ ਦਿੱਤਾ ਗਿਆ ਗੁਲਬਦੀਨ ਨਾਇਬ ਨੂੰ ਬਣਾ ਦਿੱਤਾ ਗਿਆ ਔਰ ਇਸ ਤੋਂ ਬਾਅਦ ਜਿਹੜਾ ਉਹਨਾਂ ਦੇ ਉਹਨਾਂ ਦੇ ਜਿਹੜੇ ਚੀਫ ਸਿਲੈਕਟਰ ਨੇ ਉਹ ਉਹਨਾਂ ਦੇ ਜਿਹੜੇ ਚੀਫ ਸਿਲੈਕਟਰ ਨੇ ਉਨਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਨੂੰ ਜੂਨੀਅਰ ਟੀਮ ਦੇ ਚੀਫ ਸਿਲੈਕਟਰ ਬਣਾ ਦਿੱਤਾ ਗਿਆ ਤੇ ਇਸ ਤੇ ਜਿਹੜੇ ਉਹਨਾਂ ਦੇ ਕੋਚ ਨੇ वेस्ट ਇੰਡੀਜ਼ ਦੇ ਪੈਟ ਸਿਮਨਸ ਉਹਨਾਂ ਨੇ ਇਤਰਾਜ਼ ਉਹਨਾਂ ਨੇ ਇਤਰਾਜ਼ ਤਾਂ ਪੂਰੀ ਤਰ੍ਹਾਂ ਨਹੀਂ ਦਿਖਾਇਆ ਪਰ ਹਾਂ ਆਖਰੀ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਇੱਕ ਟਵੀਟ ਵਿੱਚ ਇਹ ਦੱਸਿਆ ਕਿ ਮੈਂ ਵਰਲਡ ਕੱਪ ਤੋਂ ਬਾਅਦ ਦੱਸਾਂਗਾ ਇਹ ਇਹ ਇਹਨਾਂ ਕਾਉਂਟਰੋਵਰਸਿਸ ਤੋਂ ਗਾਹ ਵੱਧ ਕੇ ਜੇ ਆਪਾਂ ਵਾਈਡਰ ਪਿਕਚਰ ਦੇਖੀ ਤਾਂ ਅਫਗਾਨਿਸਤਾਨ ਲਈ ਕ੍ਰਿਕਟ ਇੱਕ ਬਹੁਤ ਵੱਡਾ ਪੀਸ ਦਾ ਅਨਮਨ ਦਾ ਇੱਕ ਬਹੁਤ ਵੱਡਾ ਵੇਹਿਕਲ ਬਣ ਕੇ ਕੰਮ ਆ ਰਿਹਾ ਪਸ਼ਾਉਰ ਵਿੱਚ ਬਹੁਤ ਸਾਰੇ ਉਹਨਾਂ ਦੇ ਕ੍ਰਿਕਟਰ ਪ੍ਰੈਕਟਿਸ ਕਰਦੇ ਸੀ ਫਿਲਹਾਲ ਉਹਨਾਂ ਨੂੰ ਇੰਡੀਆ ਚ ਦੋ ਹੋਮ ਗਰਾਉਂਡ ਮਿਲੇ ਹੋਏ ਨੇ ਤੀਜੇ ਦੀ ਵੀ ਸ਼ਾਇਦ ਮਿਲਣ ਦੀ ਉਮੀਦ ਹੈ ਲਖਨਊ ਵਿੱਚ ਤਾਂ ਉਹ ਆਪਣਾ ਹੋਮ ਗਰਾਉਂਡ ਇੰਡੀਆ ਨੂੰ ਮੰਨਦੇ ਨੇ ਤੇ ਇੰਡੀਅਨ ਕ੍ਰਿਕਟ ਬੋਰਡ ਉਹਨਾਂ ਨੂੰ ਲਗਾਤਾਰ ਸਪੋਰਟ ਵੀ ਕਰਦਾ ਹੈ ਇੰਡੀਆ ਨਾਲ ਹੀ ਉਹਨਾਂ ਦਾ ਪਹਿਲਾ ਟੈਸਟ ਮੈਚ ਹੋਇਆ ਸੀ 2018 ਵਿੱਚ ਹਾਲਾਂਕਿ ਇੱਕੋ ਦਿਨ ਵਿੱਚ ਦੋਨੋਂ ਇਨਿੰਗਸ ਜਿਹੜੀ ਪਾਰੀ ਸੀ ਉਹ ਖਤਮ ਹੋ ਗਈ ਸੀ ਅਫਗਾਨਿਸਤਾਨ ਦੀ ਵੀ ਉਹ ਵੀ ਵਿਕਟਾਂ ਇੱਕ ਦਿਨ ਚ ਡਿੱਗੀਆਂ ਸੀ ਪਰ ਇਹ ਬਹੁਤ ਵੱਡਾ ਕਦਮ ਹੈ ਇੱਕ ਹੈ ਜੀ ਦੇਸ਼ ਵਾਸਤੇ ਜਿਹਦੇ ਵਿੱਚ ਲਗਾਤਾਰ 70s 80s ਤੋਂ ਬਾਅਦ ਜੰਗ ਚੱਲ ਰਹੀ ਹੋਵੇ ਤੇ ਹੁਣ ਆ ਕੇ ਕ੍ਰਿਕਟ ਦੇ ਰਾਹੀਂ ਉਹ ਨਾ ਸਿਰਫ ਇੱਕਾ ਉਹਨਾਂ ਦੇ ਵਿੱਚ ਆਂਦਾ ਹੈ ਬਲਕਿ ਉਹਨਾਂ ਨੂੰ ਖੁਸ਼ੀ ਦਾ ਵੀ ਇੱਕ ਬਹੁਤ ਵੱਡਾ ਸਾਧਨ ਹੈ ਇੱਕ ਖਾਸ ਗੱਲ ਹੋ ਰਹੀ ਹੈ ਕਿ ਜਿਹੜੇ ਰਾਸ਼ਿਦ ਖਾਨ ਨੇ ਕਹੀ ਕਿ ਉਹਨਾਂ ਨੂੰ ਪਿਛਲੇ ਬੀਤੇ 4 ਸਾਲ ਵਿੱਚ ਕਿਸੇ ਵੱਡੀ ਟੀਮ ਨਾਲ ਖੇਡਣ ਦਾ ਜ਼ਿਆਦਾ ਮੌਕਾ ਮਿਲ ਹੀ ਨਹੀਂ ਰਿਹਾ ਸੀ ਇਹ ਇੱਕ ਵੱਡੀ ਉਹਨਾਂ ਨੇ ਇਸੇ ਦੁੱਖ ਪ੍ਰਗਟ ਕੀਤਾ ਕਿ ਸਾਨੂੰ ਇਸ ਤਰ੍ਹਾਂ ਵੱਡੀ ਟੀਮ ਨਾਲ ਖੇਡੇ ਦਾ ਮੌਕਾ ਮਿਲਣਾ ਚਾਹੀਦਾ ਹੈ ਆਈਸਲੈਂਡ ਵਾਲਿਆਂ ਨੇ ਠੀਕ ਹੈ ਪਰ ਚਲੋ ਆਈ ਤਾਂ ਇੰਡੀਆ ਵਾਲੇ ਵੀ ਜਰਾ ਉਮੀਦ ਕਰ ਕੀ ਸੈਂਚਰੀ ਬਣੇ ਰਾਸ਼ਦ ਖਾਨ ਦੀ ਬੋਲਿੰਗ ਵਿੱਚ ਪਰ ਇਹ ਇੱਥੇ ਗੱਲ ਹੋਰ ਵੀ ਹੈ ਕਿ ਅਹ ਇੰਡੀਆ ਇਸ ਮੈਚ ਨੂੰ ਹਰਕਾ ਲੈ ਨਹੀਂ ਸਕਦਾ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਬੰਗਲਾਦੇਸ਼ ਨੇ ਰਾਈਜ਼ ਕੀਤਾ ਹੈ ਪਿਛਲੇ ਮੈਚੇ ਬਹੁਤ ਵੱਡੀ ਟੱਕਰ ਦਿੱਤੀ ਆਸਟ੍ਰੇਲੀਆ ਨੂੰ ਕੱਲ ਸ਼੍ਰੀਲੰਕਾ ਨੇ ਇੰਗਲੈਂਡ ਨੂੰ ਹਰਾ ਦਿੱਤਾ ਇੰਗਲੈਂਡ ਨੂੰ ਹਰਾ ਦਿੱਤਾ ਇਹ ਵੀ ਇੱਕ ਬਹੁਤ ਵੱਡੀ ਟੱਕਰ ਹੈ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਨਾਲ ਜਿਹੜੀ ਥੱਲੇ ਦੀ ਟੀਮਾਂ ਨੇ ਰਾਈਜ਼ ਕਰ ਰਹੀਆਂ ਨੇ ਔਰ ਅਗਰ ਇੰਡੀਆ ਇਸ ਮੈਚ ਵਿੱਚ ਵੱਡਾ ਸਕੋਰ ਬਣਾ ਕੇ ਨੈਟ ਰਨ ਰੇਟ ਵਧੀਆ ਕਰ ਲੈਂਦੀ ਹੈ ਹੋਰ ਵਧੀਆ ਕਰ ਲੈਂਦੀ ਹੈ ਤੇ ਅਗਰ ਅਗਲਾ ਮੈਚ ਜਿਹੜਾ ਉਹਨਾਂ ਦਾ ਵੈਸਟ ਇੰਡੀਜ਼ ਨਾਲ ਵੀ ਹੈ ਔਰ ਉਹਨਾਂ ਦਾ ਇੰਗਲੈਂਡ ਨਾਲ ਵੀ ਮੈਚ ਹੈ ਔਰ ਬੰ ਤੇ ਇਹਨਾਂ ਤਿੰਨਾਂ ਟੀਮਾਂ ਨਾਲ ਮੈਚ ਹੈ ਜਿਨ੍ਹਾਂ ਨੂੰ ਹਰਾਣਾ ਇੰਨਾ ਸੌਖਾ ਨਹੀਂ ਹੋਏਗਾ ਤੇ ਉਹਦੇ ਵਿੱਚ ਕੋਈ ਅਗਰ ਉਲਟਫੇਰ ਹੁੰਦਾ ਵੀ ਹੈ ਤਾਂ ਇਸ ਮੈਚ ਵਿੱਚ ਚੰਗਾ ਸਕੋਰ ਬੁਰੀ ਤਰ੍ਹਾਂ ਤੇ ਨਿੱਕੇ ਨਾਲ ਹਰਾਣਾ ਅਫਗਾਨਿਸਤਾਨ ਨੂੰ ਇੰਡੀਆ ਲਈ ਬਹੁਤ ਜ਼ਰੂਰੀ ਹੈ। ਵਰਲਡ ਕੱਪ ਵਿੱਚ ਇੱਕ ਖਾਸ ਮੋੜ ਹੈ ਆਇਆ ਹੋਇਆ ਹੈ ਕਿ ਬਹੁਤ ਸਾਰੀਆਂ ਟੀਮਾਂ ਹੁਣ ਇਸ ਕਾਬਿਲਤਾ ਨਹੀਂ ਰਹਿ ਗਈਆਂ ਕਿ ਉਹ ਆਪ ਕੁਆਲੀਫਾਈ ਕਰ ਸਕਣ ਸੈਮੀਫਾਈਨਲ ਲਈ ਪਰ ਹੋਰਾਂ ਦੇ ਚਾਂਸ ਖਤਮ ਕਰਨ ਵਿੱਚ ਬਹੁਤ ਵੱਡਾ ਰੋਲ ਪਲੇ ਕਰ ਸਕਦੀਆਂ ਨੇ। ਜੋ శ్రీਲੰਕਾ ਨੇ ਕੱਲ ਇੰਗਲੈਂਡ ਨੂੰ ਹਰਾ ਦਿੱਤਾ। ਇੰਗਲੈਂਡ ਨੂੰ ਬਹੁਤ ਵੱਡਾ ਦਾਵੇਦਾਰ ਮੰਨਿਆ ਜਾ ਰਿਹਾ ਸੀ ਕਿ ਇੰਗਲੈਂਡ ਵਰਲਡ ਕੱ ਇੰਗਲੈਂਡ ਦੇ ਵਿੱਚ ਵਰਲਡ ਕੱਪ ਹੈ ਇੰਗਲੈਂਡ ਦੀ ਖਾਸੀ ਬੈਲੈਂਸਡ ਟੀਮ ਹੈ ਉਹਨਾਂ ਦੇ ਜਿਹੜੇ ਕਪਤਾਨ ਨੇ ਯੋਰ ਮੋਰਗਨ ਉਹ ਵੀ ਠੀਕ ਠਾਕ ਬੈਟਸਮੈਨ ਨੇ ਠੀਕ ਠਾਕ ਉਹਨਾਂ ਨੇ ਤਾਂ ਜਿਹੜੀ ਸੈਂਚਰੀ ਬਣੀ ਹੈ ਰਾਸ਼ਿਦ ਖਾਨ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ 170 ਤੋਂ ਉੱਤੇ ਉਹਨਾਂ ਨੇ ਰਨ ਮਾਰ ਦਿੱਤੇ ਨੇ ਤਾਂ ਉਹਨਾਂ ਦੀ ਜਿਹੜੀ ਫਾਰਮ ਹੈ ਉਹ ਵੀ ਇੱਕ ਇੰਗਲੈਂਡ ਲਈ ਬੂਸਟ ਵੀ ਹੈ ਪਰ ਪਿਛਲੇ ਮੈਚ ਵਿੱਚ ਜੋ ਕੱਲ ਹੋਇਆ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੰਗਲੈਂਡ ਨੂੰ ਬਹੁਤ ਕੁਝ ਸੋਚਣ ਦੇ ਵੀ ਲੋੜ ਹੈ ਪਰ ਉਹਨਾਂ ਦਾ ਇੱਕ ਬੈਟਸਮੈਨ ਜਰਾ ਵਾਪਸ ਚਲਾ ਗਿਆ ਅਫਗਾਨਿਸਤਾਨ ਕੀ وجہ ਹੈ ਉਹਦੀ ਹਾਂ ਜਿਸ ਤਰ੍ਹਾਂ ਮੈਂ ਹਾਲੇ ਜ਼ਿਕਰ ਕਰ ਰਿਹਾ ਸੀ ਜਾਂ ਤੁਸੀਂ ਟਾਸ ਦੇਖ ਰਹੇ ਸੀ ਨਾ ਕਿ ਸ਼ਹਾਜਾਦ ਜਿਹੜੇ ਅਮਰਦ ਮੈਂ ਵੈਸੇ ਇਹਨਾਂ ਨੂੰ ਦੱਸ ਦਿੱਤਾ ਦੁਬਾਰਾ ਦੱਸਦਾ ਕੀ ਅਸਲ ਵਿੱਚ ਜਿਹੜਾ ਸ਼ਜਾਦ احمد ਨੇ ਉਹ ਕਹਿ ਰਹੇ ਸੀ ਕਿ ਅਸਲ ਵਿੱਚ ਮੈਨੂੰ ਝੋਟ ਲੱਗੀ ਮੈਂ ਫਿੱਟ ਹਾਂ ਪਰ ਫਿਰ ਵੀ ਅਫਗਾਨਿਸਤਾਨ ਦੀ ਟੀਮ ਨੇ ਮੈਨੂੰ ਵਾਪਸ ਭੇਜ ਦਿੱਤਾ ਹੈ ਪਾਵੇਂ ਅਫਗਾਨਿਸਤਾਨ ਬੋਰਡ ਨੇ ਵੀ ਬੀਬੀਸੀ ਦੀ ਰਿਪੋਰਟ ਹੈ ਕਿ ਅਫਗਾਨਿਸਤਾਨ ਦੀ ਜਿਹੜਾ ਬੋਰਡ ਹੈ ਉਹਨਾਂ ਦੀ ਮੈਡੀਕਲ ਰਿਪੋਰਟ ਵੀ ਅੱਗੇ ਸੋਸ਼ਲ ਮੀਡੀਆ ਤੇ ਪੇਸ਼ ਕੀਤੀ ਪਰ ਉਹਨਾਂ ਦੇ ਨਾਲ ਕੰਟਰੋਵਰਸੀ ਜੁੜੀ ਰਹੀ ਨੇ ਮਈ ਵਿੱਚ ਜਦ ਮੈਚ ਹੋ ਰਹੇ ਸਨ ਤੇ ਉਹਨਾਂ ਨੂੰ 2 ਮਹੀਨਾ ਦਾ ਸਸਪੈਂਸ਼ਨ ਮਿਲ ਗਿਆ ਸੀ ਉਹਨਾਂ ਨੇ ਬੈਟ ਪਕੜ ਕੇ ਨਾ ਪ੍ਰੈਕਟਿਸ ਪਿਸ ਤੇ ਜੋਰ ਨਾਲ ਮਾਰ ਦਿੱਤਾ ਸੀ ਤੇ ਇੱਕ ਤਰ੍ਹਾਂ ਦਾ ਅਪਮਾਨ ਸੀ ਜਿਹੜੇ ਕ੍ਰਿਕਟ ਗੀਅਰਸ ਡੋਪਿੰਗ ਲੀਵਨ ਵੀ ਤੇ ਇਸ ਲਿਓ ਕੰਟਰੋਵਰਸ਼ਲ ਪਲੇਅਰ ਰਹੇ ਪਰ ਬੜੇ ਮਸਤ ਪਲੇਅਰ ਰਹੇ ਨੇ ਤੇ ਉਹ ਹਮੇਸ਼ਾ ਜਿਸ ਤਰ੍ਹਾਂ ਉਹਨਾਂ ਨੇ ਵਿਕਟ ਕੀਪਿੰਗ ਕਰਦੇ ਨੇ ਤੇ ਉਹ ਐਮ ਐਸ ਥੋਨੀ ਦਾ ਬਹੁਤ ਹੀ ਉਹਨੂੰ ਨਾਨੂ ਮੰਨਦੇ ਨੇ ਤੇ ਕਹਿੰਦੇ ਨੇ ਉਹਨਾਂ ਨੂੰ ਜਦ ਪੁੱਛਿਆ ਗਿਆ ਕਿ ਕਿਹੜੇ ਵਿਕਟ ਕੀਪਰ ਬਾਰੇ ਤੁਸੀਂ ਅਗਰ ਸਟੰਪ ਬਾਈਕ ਔਨ ਹੋਏ ਤੇ ਤੁਸੀਂ ਕਿਹੜੇ ਵਿਕਟ ਕੀਪਰ ਦੀ ਗੱਲਾਂ ਸੁਣਨਾ ਚਾਹੋਗੇ ਤੇ ਕਹਿੰਦੇ ਮੈਂ ਤਾਂ ਸੁਣਦਾ ਹਾਂ ਮੈਂ ਤਾਂ ਐਮ ਐਸ ਥੋਨੀ ਦੀ ਗੱਲਾਂ ਬੜੀ ਰਜ ਰਜ ਕੇ ਸੁਣਦਾ ਹਾਂ ਤੇ ਐਮ ਐਸ ਐਮ ਐਸ ਥੋਨੀ ਨੂੰ ਉਹ ਆਪਣਾ ਆਦਰਸ਼ ਮੰਨਦੇ ਨੇ ਪਰ ਉਹ ਇਸ ਬਲੇਵਰ ਟੀਮ ਵਿੱਚ ਨਹੀਂ ਹਨ ਉਹ ਵਾਪਸ ਵੀ ਜਾ ਚੁੱਕੇ ਨੇ ਤੇ ਮੇਰੇ ਖਿਆਲ ਨਾਲ ਉਹ ਵਰਲਡ ਕਪ ਵਿੱਚ ਉਹਨਾਂ ਦੀ ਵਾਪਸੀ ਕੁਝ ਮੈਨੂੰ ਨਜ਼ਰ ਨਹੀਂ ਆ ਰਹੀ ਕਿਤੇ ਕਿਸੇ ਵੀ ਰੂਪ ਹੀ ਹੋ ਸਕਦੀ ਹੈ ਅੱਛਾ ਇੱਕ ਭਾਰਤ ਲਈ ਇਹ ਮੈਚ ਇਸ ਲਈ ਵੀ ਖਾਸ ਹੈ ਕਿ ਭਾਰਤ ਇਹਦੇ ਵਿੱਚ ਨੈਟ ਰਨ ਰੇਟ ਆਪਣਾ ਬਹੁਤ ਪੜਾ ਵੱਡਾ ਕਰ ਲੈਂਦਾ ਤੇ ਟੌਪ 4 ਟੀਮਜ਼ ਵਿੱਚ ਆਣਾ ਸੌਖਾ ਹੋ ਜਾਏਗਾ ਕਿਉਂਕਿ ਬਾਅਦ ਵਿੱਚ ਅਪਸੈਟ ਇਹ ਹੁਣ ਅਪਸੈਟ ਦਾ ਟਾਈਮ ਚੱਲ ਰਿਹਾ ਹੈ ਵਰਲਡ ਕੱਪ ਦੇ ਵਿੱਚ ਬਹੁਤ ਸਰੀਏ ਟੀਮਾਂ ਰੰਗ ਵਿੱਚ ਆ ਚੁੱਕੀਆਂ ਨੇ ਕਿਉਂਕਿ ਇਹ ਕਿਹੜਾ ਕਿਹੜਾ ਇਹ ਫਾਰਮੈਟ ਹੈ ਇਹ ਇਹ ਰਾਉਂਡ ਰੋਬਿਨ ਫਾਰਮੈਟ ਨਾਲ ਹੋ ਰਿਹਾ ਹੈ ਤੇ ਤੁਹਾਡੀ ਵੀਡੀਓ ਵੀ ਤੁਹਾਨੂੰ ਦੱਸ ਥੋੜਾ ਹਾਂ ਰਾਉਂਡ ਰੋਬਿਨ ਫਾਰਮੈਟ ਬਾਰੇ ਅਸੀਂ ਇੱਕ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਕਮੈਂਟਸ ਦੇ ਵਿੱਚ ਅਸੀਂ ਪੂਰਾ ਦੱਸਿਆ ਹੈ ਕਿ ਇਹ ਫਾਰਮੈਟ ਇਸ ਤਰ੍ਹਾਂ ਬੜਾ ਸਿੰਪਲ ਹੈ 10 ਟੀਮਾਂ ਨੇ ਦਸੋਂ ਟੀਮਾਂ ਬਾਕੀ 9 ਟੀਮਾਂ ਨਾਲ ਇੱਕ ਇੱਕ ਮੈਚ ਖੇਡਣਗ ਜਦੋਂ ਸਾਰਿਆਂ ਦੀ ਗਿਣਤੀ ਐਂਡ ਤੇ ਹੋਏਗੀ ਤਾਂ ਚਾਰ ਜਿਹੜੀਆਂ ਟੌਪ ਤੇ ਰਹਿਣਗੀਆਂ ਉਹ ਉਹਨਾਂ ਦਾ ਸੈਮੀਫਾਈਨਲ ਹੋਏਗਾ ਫਰਸਟ ਟੀਮ ਦਾ 3rd ਟੀਮ ਨਾਲ 2nd ਟੀਮ ਦਾ 4th ਟੀਮ ਨਾਲ ਤੇ ਸੈਮੀਫਾਈਨਲ ਜਿਹੜਾ ਜਿੱਤ ਜਾਂਦਾ ਫਿਰ ਉਹਦਾ ਹੀ ਫਾਈਨਲ ਹੁੰਦਾ ਫਿਰ ਜਿਹੜਾ ਫਾਈਨਲ ਜਿੱਤ ਜਾਂਦਾ ਵਰਲਡ ਕੱਪ ਜਿੱਤ ਜਾਂਦਾ ਐਸੀ ਤਰ੍ਹਾਂ ਹੁੰਦਾ ਬਾਕੀ ਵੀਡੀਓ ਦੇਖ ਲਓ ਨਾ ਬਾਕੀ 10 ਦਿਨ ਕਿ ਅਗਰ ਸਾਰੀ ਗੱਲ ਅਸੀਂ ਇੱਥੇ ਦੱਸ ਦਿੱਤੀ ਫਿਰ ਵੀਡੀਓ ਕੌਣ ਦੇਖੇਗਾ ਇਹ ਵੀ ਗੱਲ ਠੀਕ ਹੈ